ਸਰਕਾਰ ਨਾਲ ਨਾਰਾਜ਼ਗੀ ਦਾ ਸਵਾਲ ਨਹੀਂ ਨਾ ਹੁੰਦਾ। ਜਿਹੜੀ ਸਰਕਾਰ, ਸਰਕਾਰ ਤਾਂ ਸਰਕਾਰ ਹੈ, ਚਾਹੇ ਬੀਜੇਪੀ ਦੀ ਹੈ ਚਾਹੇ ਆਪ ਦੀ ਹੈ, ਸਰਕਾਰ ਦੀਆਂ ਨੀਤੀਆਂ ਨਾਲ ਰੌਲਾ। ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ, ਹਾਂ ਕਹਿ ਕੇ, ਅਤੇ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਅਸੀਂ ਕਹਿੰਦੇ ਵੀ ਸਾਨੂੰ ਕੁਛ ਹੱਥ 'ਚ ਤਾਂ ਫੜਾ ਦਿਓ। ਕਿਸਾਨ ਇੱਕ ਵਾਰੀ ਫਿਰ ਤੋਂ ਸੜਕਾਂ 'ਤੇ ਨੇ, ਟਰੈਕਟਰ ਟਰਾਲੀਆਂ ਮੰਡੀਆਂ ਦੀ ਥਾਂ ਸੜਕਾਂ ਦੇ ਉੱਤੇ ਫਿਰ ਤੋਂ ਬਾਹਰ ਆਈਆਂ ਨੇ, ਔਰ ਇਸ ਵਾਰ ਦਿੱਲੀ ਔਰ ਟਿਕਰੀ ਨਹੀਂ ਬਲਕਿ ਸੰਗਰੂਰ ਦੇ ਵਿੱਚ ਨੇ। ਔਰ ਸੰਗਰੂਰ ਉਹ ਸ਼ਹਿਰ ਹੈ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਹਿਰ ਹੈ, ਔਰ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਗ੍ਰਾਹਾਂ ਮੌਜੂਦ ਨੇ। ਗ੍ਰਾਹ ਸਾਹਿਬ, ਮੰਡੀਆਂ 'ਚ ਕਿਸਾਨ ਹੋਣ ਦੀ ਬਜਾਏ ਤੁਸੀਂ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਧਰਨਾ ਲਾਇਆ ਹੋਇਆ, ਕਾਰਨ ਕੀ ਹੈ? ਸਾਡੇ ਵਾਸਤੇ ਬਹੁਤ ਜ਼ਰੂਰੀ ਨੇ ਆਪਣੇ ਖੇਤਾਂ ਦੀ ਫਸਲ ਸਾਂਭਣਾ, ਅਸੀਂ ਇਹਨੂੰ ਪਹਿਲ ਦਿੰਦੇ ਹੁੰਦੇ ਹਾਂ, ਪਰ ਫਸਲ ਜਿਹੜੀ ਅਸੀਂ ਸਾਂਭ ਕੇ ਮੰਡੀ 'ਚ ਲੈ ਕੇ ਆਉਣੀ ਆ, ਜੇ ਉਹਦੇ ਵਿੱਚ ਕੋਈ ਰੁਝਾਅ ਪੈਂਦਾ ਹੋਵੇ, ਕੋਈ ਰੁਕਾਵਟ ਪੈਂਦੀ ਹੋਵੇ, ਸਾਨੂੰ ਤਾਂ ਸੜਕਾਂ 'ਤੇ ਆਉਣਾ ਪੈਂਦਾ। ਹੁਣ ਸੜਕ ਇਕੱਲੀ ਇਹ ਨਹੀਂ ਵੀ ਅਸੀਂ ਇਹ ਫਸਲ ਸਾਂਭਣੀ, ਕਣਕ ਬੀਜਣੀ ਵੀ ਹੈ, ਇੱਕ ਤਾਂ ਇਹ ਵੀ ਜਿਹੜੀ ਫਸਲ ਸਾਂਭਣੀ ਹੈ, ਫਸਲ ਸਾਂਭਣ ਤੋਂ ਬਾਅਦ ਫਿਰ ਪਰਾਲੀ ਆ ਗਈ, ਇਹ ਮਸਲਾ ਸਾਡਾ ਵਿੱਚ ਪਿਆ। ਜਦੋਂ ਫਸਲ ਵੇਚਣੀ ਹੈ ਉਹਦੀ ਸੇਲ ਵਾਲਾ ਮਸਲਾ ਵਿੱਚ ਪਿਆ, ਕੇਂਦਰ ਸਰਕਾਰ ਦੀਆਂ ਹਦਾਇਤਾਂ ਵਿੱਚ ਪਈਆਂ ਨੇ, ਝੋਨਾ ਸੌਖਾ ਵਿਕਜੂਗਾ ਕਿ ਨਹੀਂ ਵਿਕਜੂਗਾ ਇਹ ਗੱਲ ਦਾ ਸਵਾਲ ਵਿੱਚ ਪਿਆ। ਇਸ ਕਰਕੇ ਸਾਨੂੰ ਮੌਸਮ ਦੇ ਵਿੱਚ ਹੀ ਜਦੋਂ ਫਸਲ ਆਉਣੀ ਉਸ ਵੇਲੇ ਤਾਂ ਇਹ ਧਰਨਾ ਲਾਉਣਾ ਪੈ ਗਿਆ, ਕਿਉਂਕਿ ਹੁਣ ਤਾਂ ਮੰਗਾਂ ਹੋਰ ਵੀ ਨੇ, ਮਾਈਨਿੰਗ ਵਾਲਾ ਹੈ, ਭਾਰਤ ਵਾਲਾ ਪ੍ਰੋਜੈਕਟ ਵਾਲਾ ਹੈ, ਕੁਦਰਤੀ ਮਾਰ ਵਾਲਾ, ਪਰ ਅੱਜ ਤਾਂ ਜਾਨੀ ਫਸਲ ਆਉਣੀ ਅਤੇ ਵੇਚਣੀ, ਉਦੋਂ ਬਾਅਦ ਉੱਥੇ ਗਾਹਾਂ ਦੂਜੀ ਫਸਲ ਬੀਜਣੀ, ਉਹਦੇ ਵਿੱਚ ਵਿਚਾਲੇ ਪਰਾਲੀ ਲਾਉਣਾ, ਉਹ ਤਾਂ ਸਰਕਾਰ ਨੇ ਸਖਤਾਈ ਕਰਨੀ। ਇਸ ਕਰਕੇ ਸਾਨੂੰ ਇਹ ਮੁੜ ਕਰਨਾ। ਜਿਵੇਂ ਤੁਸੀਂ ਮੇਨ ਮੇਨ ਮੰਗਾਂ ਹੈ, ਤੁਸੀਂ ਇਹ ਨਾਰਾ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਚਾਹੀਦੀ, ਉਹ ਮੰਗਾਂ ਕੀ ਨੇ? ਸਰਕਾਰ ਨੇ ਅਗਰ ਮੰਨੀਆਂ ਤਾਂ ਫਿਰ ਧਰਨਾ ਕਿਉਂ ਲਾਰਾ ਪੈ ਰਿਹਾ? ਦੇਖੋ ਇਹ ਅਸੀਂ ਸਟੇਜ ਤੋਂ ਬੋਲ ਚੁੱਕੇ ਹਾਂ ਕਿ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ, ਹਾਂ ਕਹਿ ਕੇ, ਅਤੇ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਅਸੀਂ ਕਹਿੰਦੇ ਵੀ ਸਾਨੂੰ ਕੁਛ ਹੱਥ 'ਚ ਤਾਂ ਫੜਾ ਦਿਓ। ਕਿਹੜੀਆਂ ਮੰਗਾਂ ਕਿੰਨੇ ਚਿਰ 'ਚ ਲਾਗੂ ਕਰ ਦੋਗੇ, ਕਿਹੜੀ ਗੱਲ ਦਾ ਨਿਪਟਾਰਾ ਕਿੰਨੇ ਚਿਰ 'ਚ ਕਰ ਦੋਗੇ, ਉਹ ਅਸੀਂ ਮੰਗ ਰਹੇ ਹਾਂ। ਉੱਥੇ ਵੀ ਮੰਗੀਆਂ ਸੀ, ਮੀਟਿੰਗ ਖਤਮ ਹੋਣ ਤੋਂ ਬਾਅਦ ਅਸੀਂ ਕਿਹਾ ਸੀ, ਉਹਨਾਂ ਨੇ ਕਿਹਾ ਵੀ ਧਰਨਾ ਮਿਲ ਤੁਸੀਂ ਕਰ ਦਿਓ, ਅਸੀਂ ਕਿਹਾ ਕੁਛ ਤਾਂ ਦਿਓ ਸਾਨੂੰ, ਚਲ ਜੀ ਉਹ ਕੁਛ ਦੇ ਨਹੀਂ ਸਕਦੇ ਸੀ, ਉੱਥੇ ਕਹਿੰਦੇ ਵੀ ਤੁਹਾਨੂੰ ਸੱਤ ਆਹ ਫੜੋ ਲਿਖਤ ਵੀ 7 ਦਿਨ ਦੇ ਵਿੱਚ ਤੁਹਾਡੀਆਂ ਸਾਰੀਆਂ ਮੰਗਾਂ ਦੀ ਲਿਖਤੀ ਕਾਗਜ਼ ਤੁਹਾਡੇ ਕੋਲ ਆ ਜਾਣਗੇ, ਜਾਂ 4 ਦਿਨ ਦੇ ਵਿੱਚ ਤੁਹਾਡੇ ਕੋਲ ਲਿਖਤੀ ਕਾਗਜ਼ ਆ ਜਾਣਗੇ, ਅਸੀਂ ਧਰਨਾ। ਜੇ ਮੈਂ 4-5 ਮੋਟੀਆਂ ਮੰਗਾਂ ਦੀ ਗੱਲ ਕਰਾਂ, ਲਿਸਟ ਤੁਹਾਡੀ ਬਹੁਤ ਲੰਬੀ ਹੈ, ਜੇ 4-5 ਮੋਟੀਆਂ ਮੰਗਾਂ ਤੁਹਾਡੀਆਂ ਕੀ ਨੇ? ਭਾਰਤ ਵਾਲਾ ਪ੍ਰੋਜੈਕਟ ਦੀ ਜ਼ਮੀਨ ਦੇ ਡਿਫਰੈਂਸ ਰੇਟ ਨੇ, ਕੁਦਰਤੀ ਮਾਰ ਫਸਲਾਂ ਦੀ, ਕੁਦਰਤੀ ਗੜੇ ਮਾਰੀ, ਮੀਂਹ ਨਾਲ ਮਰ ਗਈਆਂ, ਸੁੰਡੀ ਨਾਲ ਮਰ ਗਈਆਂ, ਉਹਦੇ ਮੁਆਵਜ਼ੇ ਦੀ ਗੱਲ ਹੈ, ਅਤੇ ਜੀਰਾ ਫੈਕਟਰੀ ਦੀ ਗੱਲ ਹੈਗੀ, ਆ ਮਾਈਨਿੰਗ ਵਾਲੀ ਗੱਲ ਹੈਗੀ, ਅਤੇ ਪਰਾਲੀ ਵਾਲੀ ਗੱਲ ਹੈਗੀ, ਇਹ 5-4 ਮੰਗਾਂ ਨੇ ਜਿਹੜੀਆਂ ਮੁੱਖ ਤੌਰ 'ਤੇ ਹੱਲ ਕਰਦਾ। ਜਿਹੜਾ ਪਰਾਲੀ ਦਾ ਮਸਲਾ ਹੈ ਬਹੁਤ ਵੱਡਾ ਮਸਲਾ ਹੈ, ਔਰ ਤੁਸੀਂ ਜਿਹੜਾ ਹੈਗਾ ਪਹਿਲਾਂ ਤਾਂ ਦੱਸੋ ਕਿ ਅੱਗ ਲਾਉਣ ਦੇ ਹੱਕ 'ਚ ਹੈਗੇ ਜਾਂ ਨਹੀਂ, ਜੇ ਨਹੀਂ ਹੈ ਤਾਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਦੇਖੋ ਅਸੀਂ ਵਾਰ ਵਾਰ ਕਹਿ ਰਹੇ ਹਾਂ ਵੀ ਸਾਡਾ ਕੋਈ ਸ਼ੌਕ ਨਹੀਂ ਪਰਾਲੀ, ਸਾਡੇ ਕੋਲ ਪਰਾਲੀ ਦਾ ਕੋਈ ਹੱਲ ਨਹੀਂ ਹੈ, ਇਹ ਹੱਲ ਸਰਕਾਰ ਤੋਂ ਬਗੈਰ ਹੋਰ ਕੋਈ ਕੱਢ ਨਹੀਂ ਸਕਦਾ। ਸਰਕਾਰ ਕਹਿੰਦੀ ਹੈ ਵੀ ਸਾਡੇ ਕੋਲ ਵੀ ਕੋਈ ਹੱਲ ਨਹੀਂ,
ਮਸ਼ੀਨਾਂ ਦੇਤੀਆਂ, ਜੀਰੋ ਡਰਿੱਲ ਦੇਤੀ, ਫਲਾਣੀ ਦਿੱਤੀ, ਧਮਕਾਣੀ ਦਿੱਤੀ, ਇਹ ਵੱਡੀ ਪੱਧਰ 'ਤੇ ਮਸ਼ੀਨਾਂ ਕੌਣ ਲੈ ਗਿਆ, ਕਾਗਜ਼ਾਂ 'ਚ ਹੀ ਵਿਕੀਆਂ ਦਿਖਾ ਦੀਆਂ, ਕਾਗਜ਼ਾਂ 'ਚ ਹੀ ਬਣੀਆਂ ਦਿਖਾ ਤੀਆਂ, ਸਬਸਿਡੀ ਕੌਣ ਖਾ ਗਿਆ, ਕੀ ਖਾ ਗਿਆ, ਸਰਕਾਰ ਦਾ ਪ੍ਰਤਾਪ ਦਾ। ਪਰ ਪਿੰਡਾਂ ਦੇ ਵਿੱਚ ਛੋਟੀ ਕਿਸਾਨੀ ਕੋਲ ਇਹ ਮਸ਼ੀਨਾਂ ਨਹੀਂ ਪਹੁੰਚੀਆਂ, ਇਸ ਕਰਕੇ ਜਿਹੜੀ ਉਹ ਛੋਟੀ ਕਿਸਾਨੀ ਆ ਉਹਨਾਂ ਦੇ ਕੋਲ ਬਿਨਾਂ ਪਰਾਲੀ ਨੂੰ ਫੂਕਣ ਤੋਂ ਕੋਈ ਹੱਲ ਨਹੀਂ। ਸਰਕਾਰ ਪ੍ਰੇਰਿਤ ਕਰ ਰਹੀ ਹੈ ਲੋਕਾਂ ਨੂੰ, ਕਰੇ, ਅਸੀਂ ਵੀ ਕਹਿੰਦੇ ਹਾਂ ਵੀ ਜਿਹੜੇ ਜਿਨ੍ਹਾਂ ਨੂੰ ਸਰਦਾ ਪਰਾਲੀ ਸਾੜੇ ਬਿਨਾਂ ਕੋਈ, ਉਹ ਨਾ ਸਾੜੋ, ਜਿਹੜੇ ਬੇਬਸ ਨੇ ਉਹ ਕੀ ਕਰਨਾ, ਇਹ ਸਰਕਾਰ ਨਾਲ ਰੌਲਾ। ਸਰਕਾਰ ਜੇ ਸਖਤਾਈ ਨਾਲ ਨਾ ਦਬਾਵੇ, ਪ੍ਰੇਰਿਤ ਕਰਕੇ ਹਟਾ ਰਹੇ, ਤੁਸੀਂ ਸਾਨੂੰ ਕੀ ਕਰੋ। ਪਿਛਲੀ ਵਾਰ ਜਿਹੜਾ ਤੁਹਾਡਾ ਵਿਰੋਧ ਸੀਗਾ ਉਹ ਕੇਂਦਰ ਸਰਕਾਰ ਨਾਲ ਸੀਗਾ, ਤਿੰਨ ਖੇਤੀ ਕਾਨੂੰਨ ਲੈ ਕੇ, ਔਰ ਇਸ ਵਾਰ ਸਰਕਾਰ ਪੰਜਾਬ 'ਚ ਨਵੀਂ ਬਦਲੀ ਹੈ, ਪਹਿਲੀ ਵਾਰੀ ਆਮ ਆਦਮੀ ਪਾਰਟੀ ਹੈ, ਅਤੇ ਜਦੋਂ ਕਿਸਾਨ ਇਸ ਵੇਲੇ ਬਿਜ਼ੀ ਹੈ, ਤੁਹਾਨੂੰ ਇਸੇ ਤੋਂ ਨਾਰਾਜ਼ਗੀ ਹੋ ਗਈ? ਸਰਕਾਰ ਨਾਲ ਨਾਰਾਜ਼ਗੀ ਦਾ ਸਵਾਲ ਨਹੀਂ ਨਾ ਹੁੰਦਾ, ਕਿਹੜੀ ਸਰਕਾਰ ਹੈ, ਸਰਕਾਰ ਤਾਂ ਸਰਕਾਰ ਹੈ, ਚਾਹੇ ਬੀਜੇਪੀ ਦੀ ਹੈ ਚਾਹੇ ਆਪ ਦੀ ਹੈ, ਸਰਕਾਰ ਦੀਆਂ ਨੀਤੀਆਂ ਨਾਲ ਰੌਲਾ। ਤੁਸੀਂ ਪਰਾਲੀ ਵਾਲੇ ਕੀ ਸੋਚਦੇ ਹੋ, ਤੁਸੀਂ ਮਾਈਨਿੰਗ ਬਾਰੇ ਤੁਹਾਡੀ ਨੀਤੀ ਕੀ ਹੈ, ਝੋਨਾ ਖਰੀਦਣ ਬਾਰੇ ਨੀਤੀ ਕੀ ਹੈ, ਤੁਹਾਡੀ ਮਾਰਕੀਟ ਬਾਰੇ ਤੁਹਾਡੀ ਨੀਤੀ ਕੀ ਹੈ? ਜਦੋਂ ਨੀਤੀਆਂ ਉਹਨਾਂ ਦੀਆਂ ਡਿਫਰੈਂਸਿਸ ਹੁੰਦਾ ਸਾਡੇ ਨਾਲ, ਸਾਡੇ ਦੇ ਤੈਅ ਕਾਲੀਆਂ ਹੁੰਦੀਆਂ ਨੇ, ਫਿਰ ਉਹਦਾ ਵਿਰੋਧ ਹੁੰਦਾ। ਸਰਕਾਰ ਭਾਵੇਂ ਕਿਸੇ ਦੀ ਮਰਜ਼ੀ ਹੋਵੇ, ਅਸੀਂ ਕਿਹੜਾ ਸਰਕਾਰ 'ਚ ਸਿਆ। ਹੁਣ ਇਹ ਮੋਰਚਾ ਕਦ ਤੱਕ ਚੱਲੇਗਾ, ਕਿਉਂਕਿ ਇਹ ਲਗਭਗ ਤਸਵੀਰ ਇਹਦੀ ਸਿੰਘੂ ਔਰ ਟਿਕਰੀ ਵਰਗੀ ਬਣਦੀ ਜਾ ਰਹੀ ਹੈ, ਉਹੀ ਟਰਾਲੀਆਂ ਇੱਥੇ ਆ ਗਈਆਂ ਨੇ, ਬੀਬੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੀਆਂ, ਔਰ ਅੱਜ ਤਾਂ ਰਸ਼ ਬਹੁਤ ਜ਼ਿਆਦਾ ਹੈਗਾ, ਇਹਦੀ ਅਗਲੀ ਰੂਪਰੇਖਾ ਕੀ ਹੈ? ਸਰਕਾਰ ਨੂੰ ਕੋਈ ਅਲਟੀਮੇਟਮ ਦੇ ਰਹੇ ਹੋ, ਕੀ ਤੁਸੀਂ ਅਗਲਾ ਪ੍ਰੋਗਰਾਮ ਦੇਖ ਰਹੇ ਹੋ? ਅਗਲੀ ਰੂਪਰੇਖਾ ਅੰਦੋਲਨ, ਅੰਦੋਲਨ ਦੇ ਵਿੱਚ ਸਮੇਂ ਸਮੇਂ ਸਿਰ ਦਿਸ਼ਾ ਬਦਲਦੀ ਰਹਿੰਦੀ, ਉਹ ਅਸੀਂ ਕਰਦੇ ਰਹਾਂਗੇ ਜਦੋਂ ਟਾਈਮ ਆਊ। ਮੀਟਿੰਗਾਂ ਹੁੰਦੀਆਂ ਨੇ ਰਿਪੋਰਟ ਲੈ ਕੇ, ਹੁਣ ਕੀ ਕਰਨਾ, ਹੁਣ ਕੀ ਕਰਨਾ, ਸਰਕਾਰ ਦੀ ਕੀ ਹਾਲਤ ਹੈ, ਸਰਕਾਰ ਕੀ ਕਹਿ ਰਹੀ ਹੈ, ਅਤੇ ਮੋਰਚਾ ਲਗਾਤਾਰ ਚੱਲਦਾ। ਇਹ ਮੋਰਚਾ ਉਠਾਉਂਗੇ ਨਹੀਂ ਤੁਸੀਂ? ਨਹੀਂ। ਕਿੰਨਾ ਟਾਈਮ ਦੇ ਰਹੇ ਹੋ ਸਰਕਾਰ ਨੂੰ? ਅਣਮਿੱਥੇ ਸਮੇਂ ਦਾ, ਅਣਮਿੱਥੇ ਸਮੇਂ। ਸਰਕਾਰ ਤਾਂ ਕਹਿੰਦੀ ਕਿ ਅਸੀਂ ਮੰਗਾਂ ਮੰਨ ਲਈਆਂ ਤੁਹਾਡੀਆਂ, ਤੁਸੀਂ ਮੋਰਚਾ ਲਾਉਣਾ ਲਾਈ ਚੱਲੋ। ਕਹਿਣ ਨਾਲ ਨਹੀਂ ਨਾ ਗੁਜ਼ਾਰਾ ਹੁੰਦਾ, ਕਰਨ ਨਾਲ ਗੁਜ਼ਾਰਾ, ਕੁਛ ਕਰਨ ਤਾਂ ਸਹੀ। MSP ਨੂੰ ਲੈ ਕੇ ਹੈ ਜਿਹੜੀ ਕੇਂਦਰ ਸਰਕਾਰ ਦੀਆਂ ਮੰਗਾਂ ਸੀਗੀਆਂ, ਉਹ ਦੋਨੋਂ ਖਤਮ ਕੀਤਾ ਗਿਆ, ਉਹ ਇੱਕ ਸਾਲ ਪੂਰਾ ਹੋਣ ਵਾਲਾ, ਉਹ ਕੇਂਦਰ ਦੀ ਲੜਾਈ ਛੱਡ ਕੇ ਪੰਜਾਬ ਦੇ ਖਿਲਾਫ ਲੜਾਈ ਆ ਰਹੀ ਹੈ ਪੰਜਾਬ ਸਰਕਾਰ ਦੇ, ਉਹ ਉਹਨਾਂ ਮੰਗਾਂ ਦਾ ਕੀ ਬਣਿਆ? ਦੇਖੋ ਛੱਡੀ ਨਹੀਂ ਹੈ ਲੜਾਈ, 3 ਅਕਤੂਬਰ ਨੂੰ ਅਸੀਂ ਅਰਥੀ ਫੂਕ ਮੁਜ਼ਾਹਰੇ ਕਰਕੇ ਹਟਿਆ, ਉੱਥੇ 3 ਅਕਤੂਬਰ ਨੂੰ ਅਟੈਕ ਹੋਇਆ ਸੀ ਲਖਮਪੁਰ ਖੀਰੀ ਦੇ ਵਿੱਚ, ਸੰਯੁਕਤ ਮੋਰਚੇ ਦਾ ਸੱਦਾ ਸੀ, ਸਾਰੇ ਸਬ ਡਿਵੀਜ਼ਨਾਂ 'ਤੇ ਅਸੀਂ ਅਰਥੀ ਫੂਕ ਮੁਜ਼ਾਹਰੇ ਕਰਕੇ ਮੰਗ ਪੱਤਰ ਦਿੱਤਾ। 26 ਨਵੰਬਰ ਨੂੰ ਅਸੀਂ ਆਲ ਇੰਡੀਆ ਦੇ ਵਿੱਚ ਜਿੰਨੀਆਂ ਸੂਬਿਆਂ ਦੇ ਰਾਜਧਾਨੀਆਂ ਨੇ ਉਸ ਦਿਨ ਅਸੀਂ ਉੱਥੇ ਐਕਸ਼ਨ ਕਰਾਂਗੇ, ਮੰਗ ਪੱਤਰ ਦੇਵਾਂਗੇ ਗਵਰਨਰ ਨੂੰ। ਇਹ ਸਾਡੇ ਸੰਯੁਕਤ ਮੋਰਚੇ ਵੱਲੋਂ ਲਿਖੇ ਹੋਏ ਪ੍ਰੋਗਰਾਮ ਨੇ, ਅਤੇ ਪੰਜਾਬ ਵਾਲੀਆਂ ਸਟੇਟਾਂ ਦੀਆਂ ਮੰਗਾਂ ਜਿਹੜੀਆਂ ਜਿੱਥੇ ਬੰਦੇ ਨੇ ਆਪਣੇ ਤੌਰ 'ਤੇ ਲੜ ਰਹੀਆਂ ਨੇ, ਜਿਹੜੀ ਸੰਯੁਕਤ ਮੋਰਚੇ ਦੀਆਂ ਕੇਂਦਰ ਨਾਲ ਜੁੜੀਆਂ ਹੋਈਆਂ ਨੇ, ਦਿੱਲੀ ਮੋਰਚੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਦੇ ਸੰਯੁਕਤ ਮੋਰਚੇ ਦੀ ਕਾਲ ਦੇ ਮੁਤਾਬਕ ਅਸੀਂ ਕਾਲਾਂ ਕਰਦੇ ਹਾਂ। ਉੱਥੇ ਇੱਕ ਸਾਲ ਪੂਰਾ ਹੋਣ ਦੇ ਲਈ ਹੁਣ ਤਾਂ ਕੋਈ ਤੁਹਾਡੀ ਜਥੇਬੰਦੀ ਵੱਲੋਂ ਕੋਈ ਪ੍ਰੋਗਰਾਮ ਜਿਹੜਾ ਹੈਗਾ ਮਨਾਇਆ ਜਾ ਰਿਹਾ, ਦਿੱਲੀ ਜਾ ਕੇ ਮਨਾਉਂਗੇ ਜਾਂ ਪੰਜਾਬ? ਦੇਖੋ, ਜਦ ਸੰਯੁਕਤ ਮੋਰਚੇ ਦੇ ਵਿੱਚ ਤੈਅ ਹੋ ਗਿਆ ਪ੍ਰੋਗਰਾਮ, ਉਹ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ, ਉਹੀ ਲਾਗੂ ਕਰਾਂਗੇ, ਅੱਡ ਜਥੇਬੰਦੀ ਨਹੀਂ। ਇੱਕ ਲਾਸਟ ਸਵਾਲ ਤੁਹਾਨੂੰ ਪੁੱਛਾਂਗਾ ਕਿ ਪਿਛਲੇ ਦਿਨ ਤੁਹਾਡਾ ਬਿਆਨ ਵੀ ਆਇਆ ਅੰਮ੍ਰਿਤਪਾਲ ਹੋਰਾਂ ਨੂੰ ਲੈ ਕੇ, ਤੁਹਾਨੂੰ ਲੱਗਦਾ ਕਿ ਵੀ ਇਹ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ ਆ, ਇਹ ਇਸ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਨੇ, ਇਹਦੇ 'ਤੇ ਤੁਹਾਡੀ ਰਾਏ ਕੀ ਹੈ? ਦੇਖੋ, ਜੋ ਪੰਜਾਬ ਨੂੰ ਜਿੱਧਰ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਸਾਨੂੰ ਸ਼ੱਕ ਪੈਂਦਾ ਵੀ ਇਹ
ਕਿਤੇ ਸੋਚੀ ਸਮਝੀ ਖੇਡ ਹੈ। ਹਿੰਦੂ ਸਿੱਖਾਂ ਦਾ ਰੌਲਾ ਪਵਾ ਕੇ, ਸਿੱਖ ਇਸਾਈਆਂ ਦਾ ਰੌਲਾ ਪਵਾ ਕੇ ਉਹੀ ਪੁਰਾਣਾ ਦਿਖਾਂਤ ਜਿਹੜਾ ਪਹਿਲਾਂ ਵਾਪਰਿਆ ਉੱਧਰ ਨੂੰ ਜਾ ਰਹੀ ਹੈ ਸੂਈ। ਇਹ ਮੰਦਭਾਗ ਹੈ, ਇਹਨੂੰ ਬਚਾਉਣਾ ਚਾਹੀਦਾ, ਸਾਰੇ ਲੋਕਾਂ ਨੂੰ ਮਿਲ ਕੇ ਰੱਖਿਆ ਕਰਨਾ।